ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੈਦਲੋਂ ਸਵਾਗਤ ਕਰਦੇ ਆਂ ਸਾਰੇ ਵੀਰਾਂ ਭੈਣਾਂ ਦਾ ਤੇ ਜਿੱਦਾਂ ਕਿ ਤੁਹਾਨੂੰ ਸਕਰੀਨ ਦੇ ਉੱਤੇ ਜੋ ਹੈਡਿੰਗ ਲਿਖੀ ਹੋਈ ਹੈ ਉਸ ਤੋਂ ਅੰਦਾਜ਼ਾ ਹੋ ਗਿਆ ਹੋਣਾ ਕਿ ਇਹ ਵੀਡੀਓ ਕਿਸ ਟੌਪਿਕ ਬਾਰੇ ਹੈ ਜੀ ਤੇ ਸਭ ਤੋਂ ਪਹਿਲਾਂ ਧੰਨਵਾਦ ਜੀ ਜਿਨ੍ਹਾਂ ਨੇ ਆਪਣੇ ਆਪਣੇ ਪੇਪਰਾਂ ਤੇ ਰਿਵਿਊ ਦੱਸਿਆ ਜੀ ਟੈਲੀਗ੍ਰਾਮ ਦੀ ਨਵੀਂ ਆਈਡੀ ਤੇ ਮੈਸੇਜ ਕਰਕੇ ਕਿ ਉਹਨਾਂ ਦਾ 25 ਜੂਨ ਵਾਲਾ ਐਗਜ਼ਾਮ ਕਿਵੇਂ ਗਿਆ ਤੇ ਅੱਜ ਕੱਲ੍ਹ ਉਹ 16 ਜੁਲਾਈ ਦਾ ਜੋ ਅਪਕਮਿੰਗ ਐਗਜ਼ਾਮ ਆ ਰਿਹਾ ਹੈ ਤੇ ਉਸ ਦੀ ਤਿਆਰੀ ਕਿਵੇਂ ਕਰ ਰਹੇ ਆ ਠੀਕ ਹੈ ਜੀ ਉਸ ਤੋਂ ਇਲਾਵਾ ਧੰਨਵਾਦ ਕਰਦੇ ਆ ਉਹਨਾਂ ਸਾਰੇ ਹੀ ਟੀਚਰਾਂ ਦਾ ਚਾਹੇ ਉਹ ਅਲੱਗ-ਅਲੱਗ ਕੋਚਿੰਗ ਸੈਂਟਰਾਂ ਚ ਆਫਲਾਈਨ ਪੜਾ ਰਹੇ ਨੇ ਜਾਂ ਫਿਰ ਅਲੱਗ-ਅਲੱਗ YouTube ਚੈਨਲਾਂ ਵਾਲੇ ਆਨਲਾਈਨ ਟੀਚਰਸ ਨੇ ਜਿੱਥੇ ਵੀ ਜਿਸ ਵੀ ਵੀਰ ਪੈ ਨੂੰ ਜਿਵੇਂ ਵੀ ਸਮਝ ਆ ਰਿਹਾ ਬਹੁਤ ਅੱਛੇ ਤਰੀਕੇ ਨਾਲ ਸਮਝ ਆ ਰਿਹਾ ਹੈ ਭਾਵੇਂ ਸਬਜੈਕਟ ਕੋਈ ਵੀ ਹੋਵੇ ਕਰੰਟ ਅਫੇਅਰ ਹੋਵੇ ਜੀਕੇ ਹੋਵੇ ਮੈਥ ਹੋਵੇ ਰੀਜ਼ਨਿੰਗ ਹੋਵੇ ਇੰਗਲਿਸ਼ ਹੋਵੇ ਕੰਪਿਊਟਰ ਹੋਵੇ ਠੀਕ ਹੈ ਜੀ ਆਪਣਾ ਜਿੰਨੇ ਵੀ ਹੋਰ ਕਿਤੋਂ ਵੀ ਪੇਪਰ ਆ ਰਿਹਾ ਹੈ ਠੀਕ ਹੈ ਸੋ ਜਿੱਥੋਂ ਵੀ ਜਿਵੇਂ ਜਿਸ ਨੂੰ ਜੋ ਪੜ ਰਿਹਾ ਉਹ ਬੈਸਟ ਹੈ ਜੀ ਤੇ ਵਾਹਿਗੁਰੂ ਜੀ ਕਿਰਪਾ ਕਰਨ ਮਿਹਨਤ ਜਿਵੇਂ ਕੀਤੀ ਗਈ ਹੈ ਤੇ ਉਸ ਤੋਂ ਬਾਅਦ ਜੋ ਫਾਲਾਣਾ ਉਹ ਬਸ ਰੱਬ ਜੀ ਜਾਣਦੇ ਆ ਕਾਫੀ ਦਿਨ ਬਾਅਦ ਚੈਨਲ ਦੇ ਉੱਤੇ ਪੀਟ ਪਲੱਸ ਵੀ ਕਲਰਕ ਦੇ ਨਾਲ ਸੰਬੰਧੀ ਵੀਡੀਓ ਪਾਣ ਲੱਗੇ ਆ ਕਿਉਂਕਿ ਦੋ ਚਾਰ ਕੈਂਡੀਡੇਟ ਮਿਲੇ ਸੀ ਕਿ ਬਾਹਰ ਉਹਨਾਂ ਨੇ ਸਪੈਸ਼ਲ ਕਿਹਾ ਸੀਗਾ ਕਿ ਜਰੂਰ ਪੋਸਟ ਕਰਿਓ ਜੀ ਲਗ ਲਗ ਚੈਨਲਾਂ ਤੇ ਰਿਵਿਊ ਦੇਖੇ ਜੀ ਅਸੀਂ ਤੇ ਉਹਨਾਂ ਨੇ ਵੀ ਕਿਹਾ ਕਿ ਜਿਹਨੇ ਕੈਂਡੀਡਟਸ ਬਾਹਰ ਆਏ ਆਪਾਂ ਗੱਲਬਾਤ ਕਰਦੇ ਆਂ ਕਈ ਜਾਣ ਪਛਾਣ ਦੇ ਕਈ ਅਨਨੋਨ ਹੁੰਦੇ ਅਲੱਗ ਅਲੱਗ ਜ਼ਿਲ੍ਹਿਆਂ ਤੋਂ ਆਉਂਦੇ ਆਂ ਤੇ ਫਿਰ ਉਸ ਤੋਂ ਇਲਾਵਾ ਅਲੱਗ ਅਲੱਗ ਸਬਜੈਕਟਾਂ ਦਾ ਰਿਵਿਊ ਵੀ ਹੋਇਆ ਹਨਾ ਕਿ ਕਿੱਦਾਂ ਦਾ ਆਇਆ ਸਾਰਿਆਂ ਨੂੰ ਪਤਾ ਹੈ ਕਿ ਰੀਜ਼ਨਿੰਗ ਆ ਗਈ ਲੇਕਿਨ ਮੈਥ ਆਇਆ ਹੀ ਨਹੀਂ ਜੇ ਤੁਸੀਂ ਇਹ ਕਹਿ ਸਕਦੇ ਹੋ ਕਿ ਇੱਕ ਅੱਧਾ ਸਵਾਲ ਸ਼ਾਇਦ ਹੀ ਹੋਵੇ ਇੰਗਲਿਸ਼ ਦਾ ਲੈਵਲ ਤੇ ਜੀਕੇ ਦਾ ਲੈਵਲ ਕਾਫੀ ਮੋਡਰੇਟ ਟੂ ਮਤਲਬ ਜਿਵੇਂ ਕਹਿੰਦੇ ਨਾ ਕਿ ਮੋਡਰੇਟ ਟੂ ਹਾਈ ਦੇ ਵਿੱਚ ਵਿੱਚ ਦੇਖਣ ਨੂੰ ਮਿਲਿਆ ਤੇ ਪੇਪਰ ਸਾਰਾ ਪੇਪਰ ਜੇ ਮਿਲਾ ਕੇ ਕਹੀਏ ਤਾਂ ਉਹ ਮੋਡਰੇਟ ਲੈਵਲ ਦਾ ਹੋ ਸਕਦਾ ਨਾ ਬਹੁਤ ਜ਼ਿਆਦਾ ਔਖਾ ਸੀ ਤੇ ਨਾ ਬਹੁਤ ਜ਼ਿਆਦਾ ਸੌਖਾ ਸੀ ਠੀਕ ਹੈ ਕਿਉਂਕਿ ਤਿਆਰੀ ਬੱਚੇ ਕਾਫੀ ਸਾਲਾਂ ਤੋਂ ਕਰਨ ਲੱਗੇ ਹੋਏ ਨੇ ਭਾਵੇਂ ਐਕਸਾਈਜ਼ ਇੰਸਪੈਕਟਰ ਹੈ ਪਟਵਾਰੀ ਹੈ ਸਬ ਇੰਸਪੈਕਟਰ ਹੈ ਕਨਸਟੇਬਲ ਹੈ ਕਲਰਕ ਹੈ ਮਾਸਟਰ ਕੈਡਰ ਹੈ ਟੀਚਿੰਗ ਲਾਈਨ ਹੈ ਠੀਕ ਹੈ ਬੈਂਕਿੰਗ ਲਾਈਨ ਹੈ ਉਹ ਸਭ ਫਿਰ ਤੁਹਾਨੂੰ ਪਤਾ ਲੱਗੇ ਹੋਏ ਆ ਹਾਂ ਜਿਹੜੇ ਬਹੁਤ ਜ਼ਿਆਦਾ ਨਵੇਂ ਕੈਂਡੀਡੇਟਸ ਆਏ ਨੇ ਉਹਨਾਂ ਦੇ ਲਈ ਇਹ ਪੇਪਰ ਬਹੁਤ ਜ਼ਿਆਦਾ ਔਖਾ ਹੋ ਸਕਦਾ ਕਿਉਂਕਿ ਜੋ ਬੱਚਾ ਜਸਟ ਸਿਰਫ ਟਰਾਈ ਕਰਨ ਦੇ ਲਈ ਆ ਐਗਜ਼ਾਮ ਬਿਨਾ ਪੜ੍ਹੇ ਬਿਨਾ ਕੋਈ ਕੋਚਿੰਗ ਬਿਨਾ ਕੋਈ ਆਨਲਾਈਨ ਬਿਨਾ ਕੋਈ ਆਫਲਾਈਨ ਕੋਚਿੰਗ ਜਾਂ ਵੈਸੀ ਬਿਨਾ ਪੜ੍ਹੇ ਕੁਝ ਵੀ ਨਹੀਂ ਕੀਤਾ ਤੇ ਵੈਸੀ ਐਗਜ਼ਾਮ ਦੇਣਾ ਹੈਗਾ ਉਹਦੇ ਲਈ ਤਾਂ ਇਹ ਬਹੁਤ ਔਖਾ ਹੋ ਜਾਂਦਾ ਕਿਉਂਕਿ ਸੋਖਾ ਨਹੀਂ ਹੁੰਦਾ ਜਵਾਬ ਦੇਣਾ ਕਿਸੇ ਕੁਐਸਚਨ ਦਾ ਹਾਂ ਬਾਕੀ ਜੋ ਲੱਗੇ ਹੋਏ ਆ ਪਿਛਲੇ 7-8 ਸਾਲਾਂ ਤੋਂ 5-7 ਸਾਲਾਂ ਤੋਂ ਜਾਂ 2-3 ਸਾਲਾਂ ਤੋਂ ਉਹਨਾਂ ਨੂੰ ਪੇਰਬਾ ਹੋ ਚੁੱਕਿਆ ਹੈ ਪਿਛਲੇ 15-20 ਸਾਲਾਂ ਦੇ ਜੇ ਰਿਕਾਰਡ ਤੇ ਦੇਖੀ ਆਪਾਂ ਕੁਐਸਚਨ ਪੇਪਰ ਲਗ ਲਗ ਐਸਐਸਬੋਰਡ ਦੇ ਬੱਚੇ ਕਹਿਣਾ ਚਾਰੇ ਸੀ ਕਿ ਆਬਜੈਕਸ਼ਨਸ ਲਈ ਲਿੰਕ 'ਚ ਮੈ ਤੁਹਾਨੂੰ ਪਤਾ ਹੀ ਹੈ ਕਿ ਫਾਰਮ ਵਗੈਰਾ ਆ ਚੁੱਕੇ ਹਨ ਖੁੱਲੇ ਹੋਏ ਨੇ ਕੁਐਸਚਨ ਤਾਂ ਕਾਫੀ ਬਣਦੇ ਨੇ ਬੱਚਿਆਂ ਦੀ ਨਜ਼ਰ ਸਿਰ ਪਰ ਜੇ ਐਸਐਸਬੋਰਡ ਦਾ ਰਿਕਾਰਡ ਦੇਖੀਏ ਤਾਂ ਮੋਸਟਲੀ ਪੇਪਰਾਂ ਦੇ ਵਿੱਚ ਜਦੋਂ ਆਂਸਰ ਕੀ ਸੋਧ ਕੇ ਆਂਦੀ ਹੈ ਮਤਲਬ ਪ੍ਰੋਪਰ ਆਊਟ ਠੀਕ ਕਰਕੇ ਭੇਜਦੇ ਆ ਉਹਨਾਂ फाइनल جت ਇਹ ਤਾਂ ਫਸਟ ਆਨਸਰ ਕੀ ਹੈ ਨਾ ਲਿਖਿਆ ਆਇਆ ਦੇ ਉੱਪਰ ਜਦੋਂ ਫਾਈਨਲ ਆਨਸਰ ਕੀ ਬਣ ਕੇ ਆਏਗੀ ਤਾਂ ਆਪਾਂ ਜੇ ਇਹਨਾਂ ਦਾ ਰਿਕਾਰਡ ਦੇਖੇ 15-20 ਸਾਲ ਦਾ ਤਾਂ ਕਦੀ 1 ਗ੍ਰੇਸ ਮਾਰਕਸ ਕਦੀ 2 ਹੈਨਾ ਮੋਸਟਲੀ ਦੇਖੋ ਨੂੰ ਮਿਲ ਜਾਂਦੇ ਨੇ ਰੇਅਰ ਚਾਂਸ ਹੋ ਜਵੇ ਕਿ 3 ਮਿਲ ਜਾਣ ਕਿਉਂਕਿ ਸੈਂਟਰ ਲੈਵਲ ਦੇ ਜਿਹੜੇ ਪੇਪਰ ਹੁੰਦੇ ਐ SSC ਦੇ ਆਲ ਓਵਰ ਇੰਡੀਆ ਦੇ ਪੇਪਰ ਹੁੰਦੇ ਆ ਉੱਥੋਂ ਉਹਦੀ ਗੱਲ ਕੁਝ ਹੋਰ ਹੁੰਦੀ ਹੈ ਕਿਸਮਤ ਚੰਗੀ ਹੋਵੇ ਤਾਂ ਗ੍ਰੇਸ ਮਾਰਕਸ 3-4 ਮਿਲ ਜਾਣ ਨਹੀਂ ਤਾਂ ਮੋਸਟਲੀ 2-3 ਸਰ ਜਾਂਦਾ ਕਿਉਂਕਿ ਚੈਲੰਜ ਬਹੁਤ ਹੁੰਦੇ ਆ ਤੁਹਾਨੂੰ ਪਤਾ ਕਿ ਕੋਟ ਤੱਕ ਵੀ ਗੱਲ ਪੌਂਜੀ ਆ ਬੀਏ ਜਿਵੇਂ ਜੋ ਲੱਗ ਰਿਹਾ ਕਿ ਤੁਹਾਨੂੰ ਪਤਾ ਅੱਜਕੱਲ ਬੈਸਟ ਕੋਸ਼ਿਸ਼ ਹੋਏਗੀ ਜਿਵੇਂ ਅਲੱਗ-ਅਲੱਗ ਵਿਸ਼ਿਆਂ ਦੇ ਮਾਹਿਰ ਹੁੰਦੇ ਆ ਕਮੇਟੀ ਬਣਦੀ ਹੁੰਦੀ ਹੈ ਨਾ ਪ੍ਰੋਪਰ ਦੇਖਣ ਦੀ ਕੋਸ਼ਿਸ਼ ਕਰਨਗੇ ਉਹ ਤੇ ਬਾਕੀ ਦੇਖੋ ਕੀ ਬਣਦਾ ਤੁਸੀਂ ਦੱਸਿਓ ਜੀ ਕਮੈਂਟ ਸੈਕਸ਼ਨ ਚ ਕਿ ਤੁਹਾਡਾ ਪਹਿਲਾਂ ਦਾ ਪੇਪਰ ਕਿੱਦਾਂ ਗਿਆ ਤੇ ਤੁਹਾਨੂੰ ਕੀ ਲੱਗਦਾ ਕਿ ਅਕੋਰਡਿੰਗ ਟੂ ਜਿਹੜੀ ਥੋੜੀ ਕੈਟਾਗਰੀ ਹੈ ਥੋੜੇ ਮਾਰਕਸ ਕਿੰਨੇ ਬਣ ਰਹੇ ਆ ਤੇ ਇੱਕ ਤਾਂ ਤੁਸੀਂ ਮਤਲਬ ਕਮੈਂਟ ਨੀਚੇ ਕਰਕੇ ਇਹ ਦੱਸ ਸਕਦੇ ਹੋ ਕਿ ਤੁਹਾਡੀ ਕੈਟਾਗਰੀ ਕਿਹੜੀ ਹੈ ਤੁਹਾਡੇ ਮਾਰਕਸ ਕਿੰਨੇ ਬਣਿਆ ਪਲੱਸ ਤੁਸੀਂ ਨਾਲ ਇਹ ਵੀ ਦੱਸ ਸਕਦੇ ਹਾਂ ਕੋਮਾ ਪਾ ਕੇ ਕਿ ਤੁਹਾਨੂੰ ਕੀ ਲੱਗਦਾ ਕਿ ਅਦਰ ਕੈਟਾਗਰੀ ਦੀ ਮੈਰਿਟ ਕਿੰਨੀ ਕੀ ਜਾਊਗੀ ਹਾਲਾਂਕਿ ਸਾਰੇ ਤਰ੍ਹਾਂ ਦੇ ਰਿਵਿਊ ਆਪਾਂ ਬਹੁਤ ਸਾਰੇ ਚੈਨਲਾਂ ਤੇ ਰਿਸਪੈਕਟਡ ਟੀਚਰਸ ਰਿਸਪੈਕਟਡ ਵੀਰਾਂ ਭੈਣਾਂ ਦੇ ਆਪਾਂ ਦੇਖ ਚੁੱਕੇ ਹਾਂ ਤੇ ਆਪਣੀ ਸਭ ਦੀ ਵੀ ਜਿਹੜੀ ਕੀ ਕਹਿੰਦੇ ਆ ਇੱਕ ਤਰੀਕੇ ਦੀ ਆਈਡੀਆਜ਼ ਆ ਉਹਦੇ ਨੇੜੇ ਤੇੜੀ ਹੈ ਹਨਾ ਪਰ ਬਾਕੀ ਹੁਣ ਅਲੱਗ-ਅਲੱਗ ਸੈੱਟ ਹੈਗੇ ਆ ਪੇਪਰ A B C D ਜਿੱਥੇ ਜੋ ਵੀ ਕੁਐਸਚਨ ਗਲਤ ਲੱਗਿਆ ਜਿਵੇਂ ਪੇਪਰ A ਚ 25ਵਾਂ ਕੁਐਸਚਨ ਐਗਜ਼ਾਮਪਲ ਦੇ ਰਾਂ ਹਾਂ ਵੈਸੀ ਜਿਵੇਂ ਸਮਝ ਲਓ ਕਿਸੇ ਦਾ 25ਵਾਂ ਕੁਸ਼ਨ ਗਲਤੀ ਹੋ ਜਾਦਾ ਹੋ ਕਿਸੇ ਪੇਪਰ ਸੈਟ ਚੋ 50ਵੇਂ ਨੰਬਰ ਤੇ ਹੋਵੇ ਜਾਂ 73ਵੇਂ ਨੰਬਰ ਤੇ ਹੋਵੇ ਹੈਨਾ ਠੀਕ ਹੈ ਜਾਂ ਕਿਸੇ ਚ 2 ਨੰਬਰ ਤੇ ਹੋਵੇ ਬਾਕੀ ਦੇਖੋ ਜੀ 25 ਜੂਨ ਵਾਲੇ ਬਾਰੇ ਈ ਮੈਂ ਕਹਿਣਾ ਚਾਹੁੰਦੇ ਆਂ ਆਪਾਂ ਇੱਕ ਗੱਲ ਤੁਹਾਨੂੰ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਵੈਸੇ ਉਹਨਾਂ ਸਟੂਡੈਂਟਸ ਦਾ ਧੰਨਵਾਦ ਜੋ ਨਵੇਂ ਨਵੇਂ ਇਸ ਚੈਨਲ ਤੇ ਆਏ ਆਂ ਪੁਰਾਣਾਂ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਨਵੇਂ ਦਾ ਵੀ ਜਿਨ੍ਹਾਂ ਨੇ ਇਸ ਚੈਨਲ ਦੇ ਉੱਤੇ ਟਾਈਪਿੰਗ ਰਿਵਿਊ ਦੇਖੀਏ ਕਿਉਂਕਿ ਉਸ ਤੋਂ ਬਾਅਦ ਜਦੋਂ ਫਾਈਨਲ ਅਨਸਰ ਕੀ ਆ ਜੀ ਕਿ ਠੀਕ ਹੈ ਟਾਈਪਿੰਗ ਲਈ ਬੁਲਾਇਆ ਜਾਏਗਾ ਅਲੱਗ-ਅਲੱਗ ਕੈਟਾਗਰੀਆਂ ਨੂੰ ਕਿਸ ਤਰੀਕੇ ਨਾਲ ਟਾਈਪ ਹੁੰਦੀ ਹੈ ਕਿਸ ਤਰੀਕੇ ਨਾਲ ਪਹਿਰੇ ਆ ਨੇ ਉਸ ਤੋਂ ਬਾਅਦ ਪਾਸ ਹੋਏ ਕੈਂਡੀਡੇਟਸ ਦੀ ਕਿਵੇਂ ਕਾਉਂਸਲਿੰਗ ਟੀਵੀ ਵਗੈਰਾ ਹੁੰਦੀ ਹੈ ਹਨ ਉਹ ਸਾਰੇ ਕੁਝ ਤੁਹਾਨੂੰ ਪਤਾ ਮੀਡੀਆ ਕਵਰੇਜ ਚੈਨਲ ਤੇ ਅਵੇਲੇਬਲ ਹੈ ਐਸਐਸ ਬੋਰਡ ਦੇ ਅਲੱਗ-ਅਲੱਗ ਸੈਂਟਰ ਔਰ ਅੰਦਰ ਬਿਲਡਿੰਗ ਤੇ ਤੁਸੀਂ ਪ੍ਰੋਪਰ ਦੇਖ ਸਕਦੇ ਹੋ ਕਿਸ ਤਰੀਕੇ ਦੀ ਮੀਡੀਆ ਕਵਰ ਜਾ ਔਰ ਬਹੁਤ ਸਾਰੇ ਸਟੂਡੈਂਟਸ ਉਸ ਨੂੰ ਦੇਖ ਵੀ ਚੁੱਕੇ ਹਨ ਤੇ ਸਪੈਸ਼ਲਿਸਟਸ ਬਾਰੇ ਪੁੱਛ ਵੀ ਰਹੇ ਸੀ ਤੁਸੀਂ ਦੇਖ ਸਕਦਾ ਤੁਹਾਨੂੰ ਆਈਡੀਆ ਜੀ ਹੋ ਜਾਏ ਤੇ ਕਿਸ ਤਰੀਕੇ ਨਾਲ ਤੁਸੀਂ ਨੌਕਰੀ ਦੇ ਉਸ ਮੁਕਾਮ ਤੇ ਪਹੁੰਚ ਪਾਉਗੇ ਹਾਂ ਬਾਕੀ ਜੀ ਸੁਜੈਸ਼ਨ ਲਾਲੋ ਜਾਂ ਫਿਰ ਹੱਥ ਛੁੜ ਕੇ ਬੇਨਤੀ ਕਰਨਾ ਚਾਹਾਂਗੇ ਤੁਹਾਨੂੰ ਕਿ ਅੱਜਕਲ ਜਿਹੜੇ ਵੀਰਪੈਣ ਬਾਰ-ਬਾਰ ਮੌਦਵਲ ਧਿਆਨ ਦੇ ਰਹੇ ਕਿ ਮੈਰਿਟ ਕਿ ਤੱਕ ਜਾਏਗੀ ਜਾਂ ਇਹ ਨੰਬਰ ਕਿ ਵੱਜਣ ਵਾਲੇ ਘਟ ਜਾਣਗੇ ਅਗਰ ਤੁਸੀਂ ਪਲੀਜ਼ ਕੋਈ 16 ਜੁਲਾਈ ਵਾਲਾ ਐਗਜ਼ਾਮ ਭਰਿਆ ਹੋਇਆ ਤਾਂ ਪਲੀਜ਼ ਉਹਦੀ ਤਿਆਰੀ ਕਰੋ ਜੀ ਜੋ ਹੋਣਾ ਜਿਵੇਂ ਹੋਣਾ ਤਾਂ ਤੁਹਾਡੇ ਸਾਹਮਣੇ ਹੋ ਹੀ ਜਾਣਾ ਕونکہ ਕਈ ਵਾਰ ਆਪਾਂ ਸਵੇਰੇ ਵੀ ਸੋਚ ਰਹੇ ਹੁੰਦੇ ਆ ਦੁਪਹਿਰੇ ਵੀ ਸੋਚ ਰਹੇ ਹਾਂ ਸ਼ਾਮ ਤੱਕ ਕੋਈ ਹੋਰ ਵੀਡੀਓ ਆ ਜਾਂਦੀ ਹੈ ਆਪਣਾ ਧਿਆਨ ਉੱਤਰ ਹਨਾ ਡਾਇਵਰਟ ਹੋਣ ਲੱਗ ਜਾਂਦਾ ਸਮਾਂ ਬਹੁਤ ਕੀਮਤੀ ਹੈ ਸੋ ਇਸ ਸਬ ਦੇ ਵਿੱਚ ਤੁਸੀਂ ਜੇ ਕੋਈ ਚੀਜ਼ ਨੋਟ ਕਰਨੀ ਹੈ ਅਗਰ ਥੋੜਾ ਬਾਰ ਬਾਰ ਧਿਆਨ ਜਾ ਰਿਹਾ 25 ਜੂਨ ਦੇ ਐਗਜ਼ਾਮਪਲ ਤਾਂ ਇੱਕ ਵਾਰ ਕੁਐਸਚਨ ਪੇਪਰ ਚੱਕ ਕੇ ਬਸ ਇਹ ਦੇਖ ਲਓ ਕਿ ਥੋੜਾ ਸੈਕਸ਼ਨ ਕਿਹੜਾ ਜ਼ਿਆਦਾ ਕਮਜ਼ੋਰ ਰਹਿ ਗਿਆ ਮਾਰਕਸ ਤਾਂ ਤੁਸੀਂ ਲਾ ਹੀ ਲਏ ਹੋਣੇ ਪਹਿਲਾਂ ਆਪਣੇ ਜਦੋਂ ਐਗਜ਼ਾਮ ਦੇ ਕੇ ਆਏ ਸੀ ਉਹ ਤੋਂ ਬਾਅਦ ਕੁਝ ਦਿਨ ਬਾਅਦ ਆਂਸਰ ਕੀ ਆ ਗਏ ਉਹਨਾਂ ਨੂੰ ਫਿਰ ਮਿਲਾ ਕੇ ਵੀ ਤੁਸੀਂ ਦੇਖ ਲਏ ਹੋਣੇ ਠੀਕ ਉਹ ਜੋ ਸਬੈਕਟ ਪਮੇ ਇੱਕ ਕਮਜ਼ੋਰ ਹੈਗਾ ਦੋ ਰਹਿਗਾ ਤਿੰਨ ਰਹਿਗਾ ਉਹਨੂੰ ਮਤਲਬ ਸਟਰੋਂਗ ਕਰਨ ਚ ਸਮਾਂ ਗੁਜ਼ਾਰੋ ਉਸਨੂੰ ਹੋਰ ਧਿਆਨ ਦਿਓ ਵੀ ਕਿੱਥੇ ਕਿਹੜੇ ਕੁਸ਼ਨਾਂ ਦੀ ਕਮੀ ਰਹੀ ਹੈ ਬੈਸਟ ਤੋਂ ਬੈਸਟ ਚੈਨਲਸ ਹੈਗੇ ਆ ਅਲਗ-ਅਲਗ ਰਿਸਪੈਕਟਡ ਟੀਚਰਾਂ ਦੇ ਉੱਥੋਂ ਸਟੱਡੀ ਕਰ ਲਓ ਅੱਜ ਕੱਲ ਸਾਰੇ ਸਮਝਦਾਰ ਆ ਵੀਰਪਾਂ ਸਭ ਨੂੰ ਪਤਾ ਕਿੱਥੇ ਕਿਹੜਾ ਚੈਨਲ ਹੈ ਠੀਕ ਹੈ ਜੀ ਸੋ ਜਿੱਥੇ ਜਿੱਥੇ ਤੁਹਾਨੂੰ ਜੋ ਜਿਸ ਟੀਚਰ ਤੋਂ ਸਮਝ ਆਦਾ ਉੱਥੋਂ ਪੜ੍ਹ ਲਓ ਪਰ ਪੜ੍ਹ ਲਓ ਪਲੀਜ਼ ਜੋ 25 ਜੂਨ ਨੂੰ ਗੜਬੜ ਹੋਈ ਹੈ ਅਗਰ ਤੁਹਾਨੂੰ ਲੱਗਦਾ ਹੈ ਕਿ ਐਗਜ਼ਾਮ ਠੀਕ ਨਹੀਂ ਗਿਆ ਯਾ ਹਾਰਡ ਲੱਗਿਆ ਕਾਫੀ ਯਾ ਮੋਡਰੇਟ ਲੱਗਿਆ ਜੋ ਵੀ ਹੈ ਯਾ ਕੁਝ ਸੈਕਸ਼ਨ ਈਜ਼ੀ ਲੱਗੇ ਕੁਝ ਸੈਕਸ਼ਨ ਬੜੇ ਹਾਰਡ ਲੱਗੇ ਤਾਂ ਉਸ ਸੈਕਸ਼ਨ ਨੂੰ ਪਹਿਚਾਣੋ ਤੇ 16 ਜੁਲਾਈ ਵਾਲੇ ਦੇ ਲਈ ਝਟ ਜਾਓ ਹਲੇ ਵੀ 13 14 ਦਿਨ ਹੈ ਤੁਸੀਂ ਅੱਛਾ ਸਕੋਰ ਕਰ ਸਕਦੇ ਹੋ ਇੱਕ ਇੱਕ ਨੰਬਰ ਤੇ ਵੀ ਮੈਰਿਟ ਤੇ ਇੱਕ ਇੱਕ ਕੀਜੀ 0.50 75 25 0.25 ਤੇ ਵੀ ਬੰਦਾ ਰਹਿ ਜਾਂਦਾ ਹੁੰਦਾ ਹੁੰਦਾ ਸੋਏ ਸਮਾਂ ਨਾ ਗੁਜ਼ਾਰੋ ਠੀਕ ਹੈ ਇਦਾਂ ਦੇ ਆਲੇ ਦੁਆਲੇ ਸਭ ਕੁਝ ਬੰਦ ਕਰ ਦਿਓ ਅਗਰ ਕਿਤੇ ਕੋਈ ਪ੍ਰੋਗਰਾਮ ਹੈ ਕੋਈ ਯਾਰੀ ਦੋਸਤੀ ਦੀ ਪਾਰਟੀ ਹੈ ਕੋਈ ਰਿਸ਼ਤੇਦਾਰ ਦਾ ਕੋਈ ਫੰਕਸ਼ਨ ਹੈ ਜਾਂ ਕਿਤੇ ਕੋਈ ਐਸਾ ਕੰਮ ਹੈ ਜੋ ਇੰਪੋਰਟੈਂਟ ਨਹੀਂ ਹੈ ਹਲੇ ਟਾਲਾ ਜਾ ਸਕਦਾ ਸਭ ਕੁਝ ਰੋਕੋ ਤੇ ਆਪਣਾ ਬਸ ਕਨਸੈਂਟਰੇਟ ਕਰੋ ਸਟੱਡੀ ਦੇ ਉੱਤੇ ਠੀਕ ਹੈ ਤੇ ਬਾਕੀ ਕੁਝ ਵੀਰ ਭੈਣਾਂ ਦੇ ਮੈਸੇਜ ਆਏ ਸੀਗੇ ਕਿ ਸਰ ਇਸ ਦਾ ਮਤਲਬ ਜਿਵੇਂ ਤੁਸੀਂ ਪਹਿਲਾਂ ਵੀਡੀਓ ਬਣਾਦੇ ਹੁੰਦੇ ਸੀਗੇ ਤਾਂ ਤੁਸੀਂ ਮਤਲਬ ਕੁਝ ਆਈਡੀਆ ਦੱਸ ਸਕਦੇ ਹੋ ਕਿ ਮੈਰਿਟ ਕਿੱਥੇ ਆਏਗੀ ਜੋ ਉਹ ਦੇਖੋ ਜਿਸੀ ਵੀਡੀਓ ਤੇ ਸਟਾਰਟਿੰਗ 'ਚ ਪਹਿਲਾਂ ਕਹਿ ਚੁੱਕੇ ਹਾਂ ਬਹੁਤ ਮਹਿਰਾਨੇ ਜਿਹੜੇ ਰਿਸਪੈਕਟਡ ਹੈਗੇ ਨੇ ਵੀਰ ਭੈਣ ਉਹਨਾਂ ਸਭ ਨੇ ਪ੍ਰੋਪਰ ਬਣਾ ਦਿੱਤੀ ਉਹਨੇ ਣੜ ਤੇੜੀ ਜਾਏਗੀ ਮੈਰਿਟ ਠੀਕ ਹੈ ਹੁਣ ਦੇਖੋ ਅਨਸਰ ਕਿਹਾਂ ਰਿਵਾਈਜ਼ ਹੋ ਕੇ ਆਣ ਗਿਆ ਗ੍ਰੇਸ ਮਾਰਕਸ ਦੇਖਦੇ ਕਿੰਨਾ ਮਿਲਦਾ 1 ਮਿਲਦਾ 2 ਮਿਲਦਾ 3 ਮਿਲਦਾ ਉਹ ਆਪਣੇ ਹਿਸਾਬ ਹੈ ਇਸ ਚੀਜ਼ ਦੇ ਵਿੱਚ ਤੁਸੀਂ ਟਾਈਮ ਹੋਣਾ ਕਰੋ ਤੇ ਜੋ ਤੁਹਾਨੂੰ ਲੱਗਦਾ ਨਾ ਕਿ ਇੰਨੀ ਕ ਮੈਰਿਟ ਜਾਊਗੀ ਸਾਡਾ ਵੀ ਆਈਡੀਆ ਉੱਥੇ ਤੱਕਿਓ ਔਰ ਬਾਕੀ ਜੇ ਜ ਤੁਹਾਨੂੰ ਕੁਝ ਮਤਲਬ ਮਹਿਸੂਸ ਹੁੰਦਾ ਕਿ ਹਾਂ ਕਿ ਵੀ ਕਿੱਥੇ ਤੱਕ ਜਾ ਸਕਦੀ ਹੈ ਮੈਰਿਟ ਜਾਂ ਸਾਡਾ ਵਾਕਈ ਦਿਲ ਕਰਦਾ ਦੇਖਣ ਨੂੰ ਤਾਂ ਅਸੀਂ ਇਹ ਫੈਸਲਾ ਤੁਹਾਡੇ ਤੇ ਛੱਡ ਦਿੰਦੇ ਆ ਜਿਸ ਕੋਲ ਵੀ ਜਿੱਥੇ ਵੀ ਇਹ ਵੀਡੀਓ ਪਹੁੰਚੇਗੀ ਕੋਈ ਵੀ ਮੇਰਾ ਵੀਰ ਭੈਣ ਕੋਈ ਵੀ ਇਹ ਵੀਡੀਓ ਦੇਖ ਰਿਹਾ ਤਾਂ ਉਹ ਖੁਦ ਥੱਲੇ ਕਮੈਂਟ ਦੇ ਵਿੱਚ ਲਿਖ ਕੇ ਦੱਸੇ ਕਿ ਉਹਦੀ ਕਿਹੜੀ ਕੈਟਾਗਰੀ ਹੈ ਤੇ ਉਹਦੇ ਕਿੰਨੇ ਕ ਮਾਰਕਸ ਬਣਦੇ ਨੇ ਠੀਕ ਹੈ ਨਾਲ ਕੋਮਾ ਪਾ ਕੇ ਨੈਕਸਟ ਲਾਈਨ 'ਚ ਲਿਖ ਦੇਵੇ ਕਿ ਉਹਨੂੰ ਕੀ ਲੱਗਦਾ ਕਿ ਬਾਕੀ ਅਦਰ ਕੈਟਾਗਰੀ ਦੀ ਮੈਰਿਟ ਕਿੱਥੇ ਤੱਕ ਜਾਏਗੀ ਜਦ ਤੁਸੀਂ ਇਹ ਲਿਖਣਾ ਸ਼ੁਰੂ ਕਰੋਗੇ ਨਾ ਠੀਕ ਹੈ ਤਾਂ ਤੁਹਾਨੂੰ ਆਈਡੀਆਜ਼ ਹੋ ਜੂਗਾ ਕਿ ਪੰਜਾਬ ਭਰ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਕਮੈਂਟ ਆ ਰਹੇ ਹਨ ਤੇ ਮੈਰਿਟ ਕਿੱਥੇ ਜਾ ਰਹੀ ਤੁਹਾਨੂੰ ਆਈਡੀਆਜ਼ ਹੋ ਜੂਗਾ ਕਿ ਇਹਦੇ ਨੇੜੇ ਤੜੀ ਜਾਏਗੀ ਫਾਇਦਾ ਹੋ ਜਾਏਗਾ ਦੇਖਣ ਨੂੰ ਕਿ ਫਲਾਣਾ ਕੈਂਡੀਡੇਟ ਫਲਾਣੇ ਜ਼ਿਲ੍ਹੇ ਤੋਂ ਅ ਇਸ ਕੈਟਾਗਰੀ ਦਾ ਹੈ ਤੇ ਇੱਥੇ ਤੱਕ ਤੱਕ ਲਿਖ ਰਿਹਾ ਮੈਰਿਟ ਤੇ ਮੈਂ ਇਸ ਕੈਟਾਗਰੀ ਦਾ ਮੈਂ ਇਹ ਵਾਲੇ ਜ਼ਿਲ੍ਹੇ ਤੋਂ ਹੈ ਤੇ ਬਾਕੀ ਤੁਹਾਨੂੰ ਆਪਣੇ ਤੋਂ ਇੱਕ ਦੂਜੇ ਦੀ ਅਲੱਗ-ਅਲੱਗ ਮੈਰਿਟਾਂ ਬਾਰੇ ਪਤਾ ਚੱਲ ਜਾਏਗਾ ਕਿਉਂਕਿ ਦੇਖੋ ਜਿਹਦੇ ਜਿੰਨੇ ਮਾਰਕਸ ਬਣ ਰਹੇ ਹਨ ਨੋਟ ਕਰੋ ਤੁਸੀਂ ਅਲੱਗ-ਅਲੱਗ ਚੈਨਲ ਤੇ ਅਲੱਗ-ਅਲੱਗ ਕਮੈਂਟਸ ਕੋਮਨ ਜੇ ਬੱਚੇ ਹੈਗੇ ਵਿਚਾਰੇ ਉਹੀ ਸੇਮ-ਸੇਮ ਅ ਨਾਮ ਹੈ ਉਹੀ ਸੇਮ-ਸੇਮ ਕੁਐਸਚਨ ਹੈ ਠੀਕ ਹੈ ਨਾ ਸੋ ਤੁਹਾਨੂੰ ਆਈਡੀਆ ਚ ਹੋ ਜਾਏਗਾ ਕਿ ਕਿੱਥੇ ਕਿੱਜਾਰੀ ਹੈ ਮੈਰਿਟ ਇਸੇ ਠੀਕ ਹੈ ਤੇ ਬਸ ਫਿਰ ਉਸ ਤੋਂ ਬਾਅਦ ਪਲੀਜ਼ ਰਿਕੁਐਸਟ ਇਹ ਹੈ ਕਿ ਬਸ ਫਿਰ ਆਪਣਾ ਸਟੱਡੀ ਕਰਨ ਲੱਗ ਜਿਓ ਕਨਸੈਂਟਰੇਸ਼ਨ ਪੂਰੀ ਠੀਕ ਹੈ ਤੇ ਜਿੱਥੇ ਵੀ ਕੋਈ ਸਬਜੈਕਟ ਕਮਜ਼ੋਰ ਆ ਉਹਦੇ 'ਤੇ ਧਿਆਨ ਦਿਓ ਹਲੇ ਸਫ਼ਰ ਬਹੁਤ ਲੰਬਾ ਹੈ ਹਲੇ ਦੇਖੋ ਫਾਈਨਲ ਅਨਸਰ ਕਿ ਆਣੀ ਹੈ ਫਿਰ ਟੈਪਲੀ ਬੁਲਾਇਆ ਜਾਣਾ ਟਾਈਪ ਤੋਂ ਬਾਅਦ ਤੁਹਾਨੂੰ ਪਤਾ ਫਿਰ ਫਿਰ ਫਾਈਨਲ ਲਿਸਟ ਆਣੀ ਹੈ ਫਿਰ ਡੀਵੀ ਹੋਏਗੀ ਡੀਵੀ ਤੋਂ ਬਾਅਦ ਫਿਰ ਫਾਈਨਲ ਲਿਸਟ ਆਣੀ ਹੈ ਫਿਰ ਡਿਪਾਰਟਮੈਂਟ ਅਪਲਾਈ ਜਾਊਗਾ ਤੋਂ ਬਾਅਦ ਫਿਰ ਫਾਈਨਲ ਲਿਸਟ ਆਣੀ ਹੈ ਫਿਰ ਉੱਥੇ ਰਿਪੋਰਟਿੰਗ ਕਰਨੀ ਹੋਏਗੀ ਹੋਰ ਪਤਾ ਨਹੀਂ ਕਿੰਨੀ ਵੈਰੀਫਿਕੇਸ਼ਨ ਆਉਣਗੇ ਬਹੁਤ ਲ ਕਿਸ਼ ਨੇ ਸਾਰੀਆਂ ਭਰਤੀਆਂ ਉਠਾ ਕੇ ਦੇਖ ਲੋ 6-6 ਮਹੀਨੇ ਤੋਂ ਸਾਲ-ਸਾਲ ਤੋਂ 2-2 ਸਾਲ ਤੋਂ ਵੀ ਲੰਬਾ ਸਮਾਂ ਗੁਜ਼ਰ ਜਾਂਦਾ ਕਿਉਂਕਿ ਪ੍ਰੋਸੈਸ ਬਹੁਤ ਲੰਬਾ ਹੁੰਦਾ ਕੁਝ ਅੜਚਣਾਂ ਆ ਜਾਂਦੀਆਂ ਹੁੰਦੀਆਂ ਕਾਨੂੰਨ ਅਧੀਨ ਤੁਹਾਨੂੰ ਪਤਾ ਤੇ ਤਦ ਕਿਤੇ ਕੋਈ ਭਰਤੀ ਸੀਰੇ ਚੜਦੀ ਹੈ ਸਾਡੀ ਤਾਂ ਇਹ ਦੁਆਏ ਔਰ ਬੇਨਤੀ ਵੀ ਕਰਦੇ ਆਂ ਅਸੀਂ ਰੱਬ ਜੀ ਤੋਂ ਕਿ ਜਲਦੀ ਤੋਂ ਜਲਦੀ ਪ੍ਰੋਸੈਸ ਪੂਰਾ ਹੋਵੇ ਤੁਹਾਡੇ ਸਾਰੀਆਂ ਪੋਸਟਾਂ ਦਾ ਭਾਵੇਂ ਉਹ ਕੋਈ ਵੀ ਹੈ ਠੀਕ ਹੈ ਭਾਵੇਂ ਉਹ ਸਟੈਨੋ ਆ ਪੀਟੀ ਪਲੱਸ ਵੀ ਕਲਰ ਦਾ ਡਾਟਾ ਇੰਟਰਪ੍ਰੀਟਰ ਐਕਸਾਈਜ਼ ਜਾਂ ਪਟਵਾਰੀ ਹੈ ਅਪੀਚਿੰਗ ਲਾਈਨ ਆ ਬੈਂਕਿੰਗ ਆ ਮਾਸਟਰ ਕੈਟੇਗਰੀ ਕੋਈ ਵੀ ਹੈ ਠੀਕ ਹੈ ਬਾਕੀ ਅ ਵੀਡੀਓ ਦੇ ਹੁਣਾਂ ਵਿੱਚ ਇਹ ਹੀ ਕਹਿਣਾ ਚਾਹੂਗੇ ਕਿ ਤੁਸੀਂ ਆਪਣਾ ਕਮੈਂਟ ਕਰਕੇ ਦੱਸ ਸਕਦੇ ਹੋ ਕਿ ਕਿਹੜੀ ਕੈਟੇਗਰੀ ਹੈ ਤੇ ਤੁਹਾਡੇ ਮਾਰਕਸ ਕਿੰਨੇ ਬਣ ਰਹੇ ਆ ਅ ਆਨਸਰ ਕੀਆਂ ਤੋਂ ਪਹਿਲਾਂ ਕਿੰਨੇ ਬਣ ਰਹੇ ਸੀ ਤੇ ਆਨਸਰ ਕੀਆਂ ਤੋਂ ਬਾਅਦ ਕਿੰਨੇ ਬਣ ਰਹੇ ਠੀਕ ਹੈ ਸੋ ਠੀਕ ਹੈ ਜੀ ਹੁਣ ਦਿਓ ਇਜਾਸਤ ਤੇ ਡਿਊਟੀ ਟਾਈਮ ਹੈ ਬਾਕੀ ਅਨਲ ਟਾਈਮ 'ਚ ਕੋਸ਼ਿਸ਼ ਕਰਾਂਗੇ ਲੇਟੈਸਟ ਅਪਡੇਟਸ ਦੇਣ ਦੀ ਤੇ ਤੁਹਾਡੇ ਕਹਿਣ ਮੁਤਾਬਕ ਵੋਟ ਪੁੱਲ ਕਰਾਉਣ ਦੀ ਔਰ ਜੋ ਤੁਸੀਂ ਜੋ ਵੀ ਤੁਸੀਂ ਕਹੋਗੇ ਪੂਰਾ ਸਾਥ ਨਿਭਾਵਾਂਗੇ ਹਰ ਵਾਰ ਦੀ ਤਰ੍ਹਾਂ ਜਿਵੇਂ 2018 ਤੋਂ ਹਰ ਇੱਕ ਦੇ ਕਲਰਕ ਜਿੰਨ ਭਾਇਆ ਗਿਆ ਸੀ ਧੰਨਵਾਦ ਜੀ ਰੱਬ ਰੱਖਾਂ